ਕੈਨੇਡਾ ਜਨਵਰੀ 'ਚ ਵੀ ਨਹੀਂ ਰੁਕਿਆ ਸੀਗਾ, ਅੱਗੇ ਵੀ ਨਹੀਂ ਰੁਕੇਗਾ। ਮਈ ਇਨਟੇਕ ਵੀਜ਼ਾ ਸਟਾਰਟ ਹੋ ਚੁੱਕੇ ਆ। 5 ਤੋਂ 6 ਸਾਲ ਦਾ ਗੈਪ ਸੀਗਾ। ਜੇਕਰ ਕਿਸੇ ਨੇ ਵੀ ਜਾਣਾ ਕੈਨੇਡਾ, ਸਿੰਗਲ ਜਾਣਾ, ਸਪਾਊਸ ਦੇ ਨਾਲ ਜਾਣਾ, ਤਾਂ ਓਮ ਗਲੋਬਲ ਦੀ ਟੀਮ ਨੂੰ ਜ਼ਰੂਰ ਕੰਟੈਕਟ ਕਰੋ। ਗੈਪ ਜਿੰਨਾ ਮਰਜ਼ੀ ਹੋਵੇ, ਰਿਫਿਊਜ਼ਲ ਜਿੰਨੀ ਮਰਜ਼ੀ ਹੋਵੇ, ਅਸੀਂ ਲਗਵਾਵਾਂਗੇ ਤੁਹਾਡਾ ਵੀਜ਼ਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਨਵਰੀ ਤੋਂ ਬਾਅਦ ਦੁਬਾਰਾ ਸਟਾਰਟ ਹੋਏ ਹਾਂ, ਨਵੇਂ ਵੀਜ਼ਾਸ ਨੂੰ ਲੈ ਕੇ ਤੁਹਾਡੇ ਸਾਹਮਣੇ ਆਏ ਹਾਂ। ਸੋ ਕੈਨੇਡਾ ਜਨਵਰੀ 'ਚ ਵੀ ਨਹੀਂ ਰੁਕਿਆ ਸੀਗਾ, ਅੱਗੇ ਵੀ ਨਹੀਂ ਰੁਕੇਗਾ। ਮਈ ਇਨਟੇਕ ਵੀਜ਼ਾ ਸਟਾਰਟ ਹੋ ਚੁੱਕੇ ਆ, ਇਹ ਤੁਹਾਡੇ ਸਾਹਮਣੇ ਵੀਜ਼ਾਸ ਨੇ ਮਈ ਇਨਟੇਕ ਦੇ। ਸੋ ਹੁਣ ਆਓ ਇਹਨਾਂ ਦੇ ਪਰਿਵਾਰ ਦੇ ਨਾਲ ਗੱਲ ਕਰਦੇ ਹਾਂ ਜਿਨ੍ਹਾਂ ਦੇ ਕੈਨੇਡਾ ਦੇ ਵੀਜ਼ਾਸ ਗ੍ਰਾਂਟ ਹੋਏ ਆ। ਸੋ ਸਭ ਤੋਂ ਪਹਿਲਾਂ ਰਿਤਿਕ ਆ ਜਾਓ ਭਾਅ ਜੀ ਇੱਧਰ। ਸੋ ਕੀ ਪ੍ਰੋਫਾਈਲ ਸੀ ਤੇਰੀ? ਪ੍ਰੋਫਾਈਲ ਸੀਗੀ ਸਰ, ਦੋਵਾਂ 'ਚੋਂ 5.5 ਸੀਗੇ ਅਤੇ 2 'ਚ 5.5 ਬੈਂਡ ਸੀਗੇ, ਦੋਵਾਂ 'ਚੋਂ 6 ਸੀਗੇ, ਦੋਵਾਂ 'ਚੋਂ 6 ਸੀ। ਸਟੱਡੀ ਕੀਤੀ ਹੋਈ ਸੀ? ਹਾਂਜੀ। ਸਟੱਡੀ ਕੀ ਕੀਤੀ ਸੀ? ਸਟੱਡੀ ਆਈਲਸ ਕੀਤੀ ਸੀਗੀ, ਉੱਦਾਂ ਪਲੱਸ ਟੂ ਕੀਤੀ ਸੀਗੀ। ਪਲੱਸ ਟੂ ਕੀਤੀ ਹੈ, ਕਦੋਂ ਕੀਤੀ ਸੀ? ਪਲੱਸ ਟੂ 2022 'ਚ ਕੀਤੀ। ਕੋਈ ਗੈਪ ਸੀਗਾ? ਹਾਂਜੀ। ਕਿੰਨਾ ਗੈਪ ਸੀ? ਗੈਪ ਸੀਗਾ ਮੇਰਾ ਘੱਟੋ ਘੱਟ 2 ਸਾਲ ਦਾ। 2 ਸਾਲ ਦਾ ਗੈਪ ਸੀਗਾ ਜੀ। ਸੋ ਕਿੱਦਾਂ ਲੱਗ ਰਿਹਾ ਵੀਜ਼ਾ ਦੇਖ ਕੇ? ਬਸ ਵਧੀਆ। ਇਹ ਤੁਹਾਡੇ ਫੈਮਿਲੀ ਮੈਂਬਰ ਹੈ? ਕਿੱਦਾਂ ਲੱਗ ਰਿਹਾ ਤੁਹਾਨੂੰ? ਬੜਾ ਚੰਗਾ ਲੱਗ ਰਿਹਾ। ਬੜੇ ਫੋਨ ਆਉਂਦੇ ਹੁੰਦੇ ਸੀ ਕਿ ਵੀ ਬੱਚੇ ਦਾ ਵੀਜ਼ਾ ਕਦੋਂ ਆਉਣਾ? ਅਸੀਂ ਬੜੇ ਹਾਂਜੀ ਕਰਦੇ ਸੀ। ਸੋ ਅੱਜ ਵੀਜ਼ਾ ਆ ਗਿਆ ਜੀ, ਖੁਸ਼ ਹੋ? ਬੜੇ ਸ਼ੁਕਰਗੁਜ਼ਾਰ ਹਾਂ ਤੁਹਾਡੇ ਜੀ। ਠੀਕ ਹੈ। ਸੋ ਤੁਹਾਡੇ ਨਾਲ ਸ਼ੁਭਮ ਆਇਆ ਸੀਗੇ, ਆ ਜਾ ਤੂੰ ਵੀ ਇੱਧਰ ਆ ਜਾ। ਤੁਹਾਡਾ ਬੜਾ ਬੜਾ ਥੈਂਕ ਯੂ। ਸੋ ਤੇਰੀ ਕੀ ਪ੍ਰੋਫਾਈਲ ਸੀਗੀ? ਮੇਰੀ ਸਰ 2 'ਚ 1 'ਚ 7 ਸੀਗੇ, 1 'ਚ 6.5 ਸੀਗੇ, 1 'ਚ 5 ਸੀਗੇ, 1 'ਚ 5.5 ਸੀਗੇ। ਤੇ ਦੋਵਾਂ ਦਾ ਤਾਂ ਇਕੱਠੇ ਹੀ ਇੱਕੋ ਕਾਲਜ 'ਚ ਵੀਜ਼ਾ ਲੱਗਾ ਨਾ? ਹਾਂਜੀ ਹਾਂਜੀ ਹਾਂਜੀ। ਮਤਲਬ ਸ਼ੁਰੂ ਤੋਂ ਇਕੱਠੇ ਰਹੇ ਆ ਤੁਸੀਂ ਦੋਨੋਂ? ਹਾਂਜੀ ਹਾਂਜੀ। ਇਕੱਠੇ ਜਾ ਰਹੇ ਆ? ਹਾਂਜੀ। ਕਿੱਦਾਂ ਫੀਲ ਹੋ ਰਿਹਾ? ਬਹੁਤ ਵਧੀਆ ਫੀਲ ਹੋ ਰਿਹਾ। ਇਹਦੇ ਨਾਲ ਜਾ ਕੇ ਵਧੀਆ ਫੀਲ ਹੋ ਰਿਹਾ ਕਿ ਮੇਰਾ ਵੀਜ਼ਾ ਲੱਗ ਗਿਆ? ਵਧੀਆ ਫੀਲ ਹੋ ਰਿਹਾ ਸਾਰਿਆਂ ਨਾਲ, ਦੋਨਾਂ ਨਾਲ ਠੀਕ ਲੱਗ ਰਿਹਾ। ਤੁਹਾਡੇ ਮਦਰ ਨੇ? ਹਾਂਜੀ। ਤੁਹਾਨੂੰ ਕਿੱਦਾਂ ਲੱਗ ਰਿਹਾ ਜੀ? ਸਰ ਬਹੁਤ ਚੰਗਾ ਲੱਗ ਰਿਹਾ। ਵਧੀਆ ਲੱਗ ਰਿਹਾ ਜੀ? ਹਾਂਜੀ। ਸੋ ਕੀ ਰਿਕਮੈਂਡ ਕਰਨਾ ਚਾਹੁੰਦੇ ਹੋ ਤੁਸੀਂ ਸਾਰਿਆਂ ਨੂੰ? ਮੈਂ ਤਾਂ ਕਹਿਣਾ ਚਾਹੁੰਦੀ ਹਾਂ ਸਾਰੇ ਜਣੇ ਇੱਥੇ ਵੀਜ਼ਾ ਲਗਵਾਉਣ, ਸਰ ਜਤਿਨ ਸਰ ਤੋਂ ਗਲੋਬਲ ਤੋਂ ਵੀਜ਼ਾ ਲਗਵਾਉਣ। ਹਾਂਜੀ, ਓਮ ਗਲੋਬਲ ਤੋਂ। ਸੋ ਠੀਕ ਹੈ ਜੀ। ਉਸ ਤੋਂ ਬਾਅਦ ਕੋਮਲਪ੍ਰੀਤ ਆ ਜਾਓ, ਤੁਸੀਂ ਵੀ ਆ ਜਾਓ। ਸੋ ਤੁਹਾਡਾ ਵੀਜ਼ਾ ਕੀ? ਸਟੱਡੀ ਕੀਤੀ ਹੋਈ ਤੁਸੀਂ? ਪਲੱਸ ਟੂ ਕੀਤੀ ਸੀ? ਕਿੰਨੇ 'ਚ ਕੀਤੀ ਸੀਗੀ? ਕਾਮਰਸ 'ਚ। ਕਾਮਰਸ ਦੇ ਵਿੱਚ ਪਲੱਸ ਟੂ ਕੀਤੀ ਸੀਗੀ। ਬੈਂਡ ਸਕੋਰ ਕਿੰਨੇ ਸੀਗੇ? 6 ਸੀਗੇ ਓਵਰਆਲ, 5.5 ਸੀਗੇ ਦੋ ਮੋਡਿਊਲ, ਦੋ ਮੋਡਿਊਲ 'ਚ 5.5 ਬੈਂਡ ਸੀਗੇ ਇਹਨਾਂ ਦੇ। ਕੋਈ ਗੈਪ ਸੀਗਾ? ਨੋ। ਓਕੇ ਜੀ। ਤੁਹਾਨੂੰ ਕਿੱਦਾਂ ਪਤਾ ਲੱਗਾ ਸੀ ਓਮ ਗਲੋਬਲ ਬਾਰੇ? ਤੁਸੀਂ ਵੀ ਦੱਸਿਓ, ਮਦਰ ਹੋਣਾ ਇਹਨਾਂ ਦੇ? ਹਾਂਜੀ। ਕਿੱਦਾਂ ਪਤਾ ਲੱਗਾ ਸੀਗਾ? ਬਸ ਇੱਦਾਂ ਹੀ ਪਤਾ ਕਿ ਇੱਦਾਂ ਹੀ। ਕਿਸੇ ਨੇ ਰਿਕਮੈਂਡ ਕੀਤਾ ਸੀਗਾ? ਨਹੀਂ ਨਹੀਂ, ਕਿਸੇ ਨੇ ਨਹੀਂ ਸਾਨੂੰ ਦੱਸਿਆ, ਇੱਦਾਂ ਹੀ ਆਏ ਸੀ। ਓਕੇ। ਸੋ ਕਿੱਦਾਂ ਲੱਗ ਰਿਹਾ ਜੋ ਬੇਟੀ ਦਾ ਵੀਜ਼ਾ ਆਇਆ? ਹਾਂਜੀ, ਬਹੁਤ ਵਧੀਆ ਲੱਗ ਰਿਹਾ ਜੀ। ਕਿਸੇ ਨੂੰ ਰਿਕਮੈਂਡ ਕਰਨਾ ਚਾਹੁੰਦੇ ਹੋ ਕੁਛ? ਨਹੀਂ, ਬਹੁਤ ਵਧੀਆ ਸੀ, ਸਾਰਿਆਂ ਨੂੰ ਕਹਾਂਗੇ ਇੱਥੇ ਆਓ ਤੁਸੀਂ, ਇੱਥੋਂ ਹੀ ਲਵਾਓ। ਠੀਕ ਹੈ ਜੀ, ਬਹੁਤ ਵਧੀਆ ਵਿਸ਼ਵਾਸ ਸਾਨੂੰ, ਬਹੁਤ ਵਧੀਆ ਕੰਮ ਕਰਨ ਦੇ। ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ। ਤੁਹਾਡਾ? ਕਿਰਨ ਕੌਰ ਸਿੱਧੂ। ਓਕੇ, ਕਿੱਦਾਂ ਲੱਗ ਰਿਹਾ ਅੱਜ ਵੀਜ਼ਾ ਲੈ ਕੇ? ਹਾਂਜੀ, ਬਹੁਤ ਵਧੀਆ। ਤੁਹਾਡੀ ਪ੍ਰੋਫਾਈਲ ਆਈ ਥਿੰਕ ਥੋੜੀ ਕੰਪਲਿਕੇਟ ਸੀ ਨਾ? ਹਾਂਜੀ। ਕੀ ਪ੍ਰੋਫਾਈਲ ਸੀ, ਇੱਕ ਵਾਰ ਪ੍ਰੋਫਾਈਲ ਦੱਸੋ। ਮੈਂ GNM ਨਰਸਿੰਗ ਕੀਤੀ ਆ, ਪਲੱਸ 2 ਇਅਰਸ ਜੋਬ ਕੀਤਾ ਹੈ। ਮੈਂ ਗੁਜਰਾਤ ਤੋਂ ਸਟੱਡੀ ਕਰਕੇ ਇੱਥੇ ਆਈ ਸੀ। ਗੁਜਰਾਤ ਤੋਂ ਸਟੱਡੀ ਕਰਕੇ ਇੱਥੇ ਆਈ ਸੀ? ਹਾਂਜੀ, ਬਿਕੋਜ਼ ਮੇਰੀ ਗੈਪ ਵੀ 5-6 ਇਅਰਸ ਹੋ ਗਏ ਸੀ, ਤਾਂ ਮੈਂ 5 ਤੋਂ 6 ਸਾਲ ਦਾ ਗੈਪ ਸੀਗਾ। ਹਾਂਜੀ, ਤਾਂ ਮੈਂ ਡਰ ਸੀ ਕਿ ਕਿਤੇ ਮੇਰਾ ਵੀਜ਼ਾ ਰਿਫਿਊਜ਼ਲ ਨਾ ਆ ਜਾਵੇ, ਬਿਕੋਜ਼ ਬੇਬੀ ਹੋਈ ਸੀ। ਫਿਰ ਆਫਟਰ ਦੈਟ ਜਿਹੜੇ ਪੰਜਾਬ ਦੇ ਰੂਲਸ ਸੀ ਕਿ ਉਹ ਬਹੁਤ ਡਿਫਰੈਂਟ ਸੀਗੇ ਐਸ ਕੰਪੇਅਰ ਟੂ ਗੁਜਰਾਤ, ਬਟ ਹੋਪਫੁਲੀ ਆਈ ਗਾਟ ਮਾਈ ਵੀਜ਼ਾ। ਚਲੋ, ਬਹੁਤ ਬਹੁਤ ਮੁਬਾਰਕਾਂ ਜੀ, ਪੂਰੀ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਾਂ। ਸੋ ਬੜੇ ਵੀਜ਼ਾਸ ਇੱਦਾਂ ਦੇ ਹੈਗੇ ਆ ਜਿਨ੍ਹਾਂ ਦਾ ਵੀਜ਼ਾ ਨਹੀਂ ਲੱਗ ਸਕਦਾ। ਬੜੇ ਬੱਚੇ ਆਪਣੀ ਉਮੀਦ ਛੱਡ ਕੇ ਬੈਠੇ ਹੋਏ ਆ ਵੀ ਸਾਨੂੰ ਏਜੰਟਸ ਨੇ ਮਨਾ ਕਰ ਦਿੱਤਾ ਵੀ ਸਾਡਾ ਵੀਜ਼ਾ ਨਹੀਂ ਲੱਗ ਸਕਦਾ। ਤੁਹਾਡੇ ਮੋਹਰੇ ਵੀਜ਼ਾਸ ਨੇ, ਜੇਕਰ ਕਿਸੇ ਨੇ ਵੀ ਜਾਣਾ ਕੈਨੇਡਾ, ਸਿੰਗਲ ਜਾਣਾ, ਸਪਾਊਸ ਦੇ ਨਾਲ ਜਾਣਾ, ਤਾਂ ਓਮ ਗਲੋਬਲ ਦੀ ਟੀਮ ਨੂੰ ਜ਼ਰੂਰ ਕੰਟੈਕਟ ਕਰੋ। ਗੈਪ ਜਿੰਨਾ ਮਰਜ਼ੀ ਹੋਵੇ, ਰਿਫਿਊਜ਼ਲ ਜਿੰਨੀ ਮਰਜ਼ੀ ਹੋਵੇ, ਅਸੀਂ ਲਗਵਾਵਾਂਗੇ ਤੁਹਾਡਾ ਵੀਜ਼ਾ ਜਿੱਦਾਂ ਇਹਨਾਂ ਦਾ ਵੀਜ਼ਾ ਲੱਗਾ ਹੈਗਾ। ਸੋ ਬਹੁਤ ਬਹੁਤ ਮੁਬਾਰਕਾਂ ਸਾਰੀਆਂ ਫੈਮਿਲੀਜ਼ ਨੂੰ ਮੇਰੇ ਵੱਲੋਂ ਅਤੇ ਓਮ ਗਲੋਬਲ ਟੀਮ ਵੱਲੋਂ।
ਧੰਨਵਾਦ ਜੀ ਸਾਰਿਆਂ ਨੂੰ।